ਤੁਹਾਡੇ ਗਾਣੇ ਨੂੰ ਇਨਾ ਪਸੰਦ ਕੀਤਾ ਜਾ ਰਿਹਾ ਕਿਉਂ ਨਾ ਸਾਡੇ ਦਰਸ਼ਕਾਂ ਨੂੰ ਇਹ ਗਾਣਾ ਪੇਸ਼ ਕੀਤਾ ਜਾਵੇ ਦੋਖ ਲੈਣਾ ਸਾਹ ਸਕਦੇ ਹੋ ਕਰ ਦਿਲ ਨਾਲ ਸੁਣਿਆ ਦਿਮਾਗ ਢੀ ਲਿੰਗਾ ਤੇਰੇ ਬਾਰੇ ਹੋ ਗਈਆਂ ਨੀ ਚੇਂਜ ਫੀਲਿੰਗਾਂ ਹੁਣ ਚਿੱਤ ਕਰੇ ਸੁਣੀ ਜਾਵਾਂ ਗੱਲਾਂ ਤੇਰੀਆਂ ਪਹਿਲਾਂ ਸੋਚਦੀ ਸੀ ਮੈਂ ਕੀ ਲੈਣਾ ਹੈਗਾ ਕੋਣ ਤੂੰ ਲੈ ਵੀ ਜੱਟਾ ਅੱਗੇ ਹੁਣ ਭਾਗ ਤੇਰੇ ਨੇ ਲੱਗ ਗਿਆ ਜੱਟੀ ਨੂੰ ਪਸੰਦ ਆਉਣ ਤੂੰ ਇਹ ਜੇ ਗਾਣੇ ਦੀ ਗੱਲ ਕਰੀਏ ਪਸੰਦ ਗਾਣਾ ਕਾਫੀ ਥੋੜੇ ਸਮਿਆਂ ਦੇ ਵਿੱਚ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਤੇ ਇਸ ਗਾਣੇ ਗਾਣੇ ਬਾਰੇ ਸਾਨੂੰ ਦੱਸੋਗੇ ਕਿੱਦਾਂ ਇਹ ਗਾਣਾ ਲਿਖਣ ਵਾਰਾ ਸੋਚਿਆ ਤੇ ਕਿਹੜੇ ਰੈਕਟਰ ਦਾ ਗਾਣਾ ਇਹ ਜੀ ਬਿਲਕੁਲ ਪਸੰਦ ਗਾਣਾ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਐਂਡ ਸਿੰਘ ਜੀ ਚਣਕੋਇਆ ਜੀ ਨੇ ਗਾਣਾ ਲਿਖਿਆ ਮਿਊਜ਼ਿਕ ਆਰ ਗੁਰੂ ਜੀ ਨੇ ਦਿੱਤਾ ਸਪੌਟਫੇਮ ਮਿਊਜ਼ਿਕ ਵੱਲੋਂ ਮੈਨੂੰ ਲਾਂਚ ਕੀਤਾ ਗਿਆ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਗਾਣੇ ਨੂੰ ਮੈਂ ਬਹੁਤ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇੰਨਾ ਸੋਹਣਾ ਗੀਤ 12000 ਰੀਲਾਂ ਬਣ ਚੁੱਕਿਆ ਨੇ ਗੀਤੇ। ਇਸ ਤੋਂ ਪਹਿਲਾਂ ਤੁਸੀਂ ਨੇ ਗਾਇਕੀ ਦੀ ਕਿਵੇਂ ਸ਼ੁਰੂਆਤ ਕੀਤੀ ਐਨੀ ਛੋਟੀ ਉਮਰ ਦੇ ਵਿੱਚ? ਤੁਹਾਨੂੰ ਫੇਮ ਮਿਲਿਆ। ਉਸ ਤੋਂ ਪਹਿਲਾਂ ਦਾ ਸਫ਼ਰ ਤੁਹਾਡਾ ਕਿਵੇਂ ਦਾ ਰਿਹਾ? ਸਾਨੂੰ ਦੱਸ ਸਕਦੇ ਹੋ? ਮੈਂ ਸਕੂਲ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕਰਦੀ ਸੀਗੀ ਧਾਰਮਿਕ ਸ਼ਬਦ ਹੋਗੇ, ਆਪਣੇ ਗਾਣੇ ਹੋਗੇ, ਸਕੂਲਸ ਦੇ ਵਿੱਚ ਕੰਪੀਟੀਸ਼ਨਸ ਦੇ ਵਿੱਚ ਨੈਸ਼ਨਲ ਲੈਵਲ ਦੇ ਉੱਤੇ ਜਾਣਾ। ਐਂਡ ਉਥੋਂ ਮੈਨੂੰ ਕਾਫੀ ਇਨਸਪੀਰੇਸ਼ਨ ਮਿਲੀ ਸਿੰਗਿੰਗ ਲਾਈਨ ਦੇ ਵਿੱਚ ਔਨ ਦੀ ਕੁਝ ਸਾਡੇ ਘਰ ਦੇ ਵਿੱਚ ਹੀ ਮਾਹੌਲ ਸੀਗਾ ਸਿੰਗਿੰਗ ਦਾ ਤਾਂ ਕਰਕੇ ਮੈਨੂੰ ਉਥੋਂ ਇਨਸਪੀਰੇਸ਼ਨ ਮਿਲੀ ਕਿ ਮੈਂ ਹਾਂ ਇਹ ਲਾਈਨ ਦੇ ਵਿੱਚ ਮੈਂ ਜ਼ਰੂਰ ਆਵਾਂ ਤੇ ਜ਼ਰੂਰ ਟਰਾਈ ਕਰਾਂ ਤੁਹਾਡੇ ਦਾਦਾ ਜੀ ਗਾਉਂਦੇ ਸੀ ਕਿਰਤਨ ਕਰਦੇ ਸੀ ਉਹਨਾਂ ਤੋਂ ਨਾਨਾ ਜੀ ਨਾਨਾ ਜੀ ਕੀਰਤਨ ਕਰਦੇ ਸੀ ਉਹਨਾਂ ਤੋਂ ਇਨਸਪੀਰੇਸ਼ਨ ਮਿਲੀ ਤੁਹਾਨੂੰ ਗਾਉਣ ਦੀ ਤੇ ਉਹਨਾਂ ਤੋਂ ਹੀ ਅੱਗੇ ਤੁਸੀਂ ਗਾਣਾ ਗਾਣਾ ਸਟਾਰਟ ਕੀਤਾ ਤੇ ਘਰ ਦੇਆਂ ਵੱਲੋਂ ਪੂਰੀ ਸਪੋਰਟ ਹੈ ਹਾਂਜੀ ਮੇਰੇ ਫਾਦਰ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੇਰੀ ਸਾਰੀ ਫੈਮਿਲੀ ਮੈਨੂੰ ਬਹੁਤ ਸਪੋਰਟ ਕਰਦੀ ਆ ਬਹੁਤ ਸਾਥ ਦਿੰਦੇ ਆ ਮੇਰਾ ਤੇ ਸਟੱਡੀ ਦੇ ਨਾਲ ਨਾਲ ਕਿਦਾਂ ਤੁਸੀਂ ਗਾਣਾ ਕਿਵੇਂ ਜਾਰੀ ਕਰ ਕਿਵੇਂ ਤਿਆਰੀ ਕਰਦੇ ਹੋ ਨਾਲ ਸਟੱਡੀ ਵੀ ਕਰਦੇ ਹੋ ਤੇ ਗਾਣੇ ਦੀ ਤਿਆਰੀ ਵੀ ਕਰਦੇ ਹੋ ਫਿਰ ਵੀਡੀਓਜ਼ ਵਗੈਰਾ ਕਰਦੇ ਹੋ ਸਟੂਡੀਓ ਜਾਣਾ ਪੈਂਦਾ ਬਾਹਰ ਨਿਕਲਣਾ ਪੈਂਦਾ ਕੁੜੀਆਂ ਨੂੰ ਵੈਸੇ ਵੀ ਬਾਹਰ ਨਿਕਲਣਾ ਬੜਾ ਔਖਾ ਕਾਫੀ ਔਖਾ ਲੱਗਦਾ ਹੋਣਾ ਫਿਰ ਕਿਦਾਂ ਮੈਨੇਜ ਕਰਦੇ ਹੋ ਸਟੱਡੀ ਵੀ ਇੰਪੋਰਟੈਂਟ ਆ ਐਂਡ ਆਪਣੀਆਂ ਕਰਿਕੂਲਰ ਐਕਟੀਵਿਟੀਆਂ ਵੀ ਕਾਫੀ ਇੰਪੋਰਟੈਂਟ ਨੇ ਸੋ ਸਟੱਡੀ ਦੇ ਨਾਲ ਨਾਲ ਮੇਰੀ ਸਿੰਗਿੰਗ ਚੱਲਦੀ ਰਹੂਗੀ ਸਟੱਡੀ ਵੀ ਮੇਰੀ ਚੱਲਦੀ ਰਹੂਗੀ ਸਟੱਡੀ ਦੇ ਬਿਨਾ ਤਾਂ ਕੁਝ ਵੀ ਨਹੀਂ ਇਸ ਟਾਈਮ ਕਿਉਂਕਿ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਟੱਡੀ ਕਿਹਜਾ ਲੈਵਲ ਆ ਕਿ ਆਪਾਂ ਨੂੰ ਉਥੋਂ ਨੌਲੇਜ ਮਿਲ ਸਕਦੀ ਆ ਐਂਡ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਹੁਤ ਜ਼ਿਆਦਾ ਡਿਫਿਕਲਟੀਜ਼ ਹੁੰਦੀਆਂ ਹੋਣਗੀਆਂ ਹਾਂਜੀ ਹੁੰਦੀਆਂ ਨੇ ਕਿਉਂਕਿ ਟਾਈਮ ਨੂੰ ਮੈਨੇਜ ਕਰਨਾ ਬਹੁਤ ਔਖਾ ਲੱਗਦਾ ਤੇ ਅੱਜ ਦੇ ਟਾਈਮ ਦੇ ਵਿੱਚ ਟਾਈਮ ਨੂੰ ਮੈਨੇਜ ਕਰਨਾ ਹੀ ਸਭ ਤੋਂ ਵੱਡਾ ਟਾਸਕ ਹੈ ਲਾਈਫ ਦਾ ਸੋ ਮੈਂ ਆਪਣੇ ਟਾਈਮ ਟੇਬਲ ਆਪਣੇ ਸ਼ਡਿਊਲ ਦੇ ਅਕੋਰਡਿੰਗ ਆਪਣੇ ਟਾਈਮ ਨੂੰ ਮੈਨੇਜ ਕਰਦੀ ਹਾਂ